ਤੁਸੀਂ ਦੇਖ ਰਹੇ ਹੋ ਨਵਰੰਗ ਟੀਵੀ। ਲੁਧਿਆਣਾ ਵਿਖੇ ਉਸ ਸਮੇਂ ਇੱਕ ਵੱਡਾ ਹਾਦਸਾ ਹੋਣ ਤੋਂ ਬਚਾਅ ਹੋ ਗਿਆ ਜਦੋਂ ਲੁਧਿਆਣਾ ਦੇ ਇੱਕ ਨਾਮੀ ਸਕੂਲ ਦੇ ਬੱਸ ਡਰਾਈਵਰ ਨੇ ਬੱਸ ਵਿੱਚ ਸਵਾਰ ਦਰਜਨਾਂ ਬੱਚਿਆਂ ਦੀ ਜਾਨ ਨੂੰ ਬਚਾ ਲਿਆ। ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਨੇ ਦੱਸਿਆ ਕਿ ਸਕੂਲ ਬੱਸ ਦਾ ਡਰਾਈਵਰ ਜਦੋਂ ਉਹਨਾਂ ਨੂੰ ਨਾਲ ਲੈ ਕੇ ਜਾ ਰਿਹਾ ਸੀ ਤਾਂ ਅਚਾਨਕ ਹੀ ਬੱਸ ਦੇ ਡਰਾਈਵਰ ਨੂੰ ਲੁਧਿਆਣਾ ਚੰਡੀਗੜ੍ਹ ਰੋਡ 'ਤੇ ਸਥਿਤ ਕੈਂਸਰ ਹਸਪਤਾਲ ਦੇ ਨਜ਼ਦੀਕ ਹੀ ਦਿਲ ਦਾ ਦੌਰਾ ਪੈ ਗਿਆ, ਜਿਸ ਤੋਂ ਬਾਅਦ ਉਸਨੇ ਸਮਾਂ ਰਹਿੰਦੇ ਹੀ ਗੱਡੀ ਨੂੰ ਪੁੱਲ 'ਤੇ ਹੀ ਬੰਦ ਕਰ ਦਿੱਤਾ ਅਤੇ ਉਹ ਖੁਦ ਤਾਕੀ ਰਾਹੀਂ ਬੱਸ ਤੋਂ ਹੇਠਾਂ ਜਾ ਡਿੱਗਿਆ। ਉਕਤ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਬੱਚਿਆਂ ਦੇ ਮਾਤਾ ਪਿਤਾ ਮੌਕੇ 'ਤੇ ਆ ਗਏ ਅਤੇ ਆਪਣੇ ਆਪਣੇ ਬੱਚਿਆਂ ਨੂੰ ਨਾਲ ਲੈ ਗਏ। ਬੱਚਿਆਂ ਦੇ ਮਾਤਾ ਪਿਤਾ ਦਾ ਕਹਿਣਾ ਹੈ ਕਿ ਇੱਕ ਵੱਡਾ ਹਾਦਸਾ ਹੋਣ ਤੋਂ ਬਚਾਅ ਤਾਂ ਜ਼ਰੂਰ ਹੋ ਗਿਆ, ਪਰੰਤੂ ਉਹਨਾਂ ਨੂੰ ਇਸ ਗੱਲ ਦਾ ਦੁੱਖ ਜ਼ਰੂਰ ਹੈ ਕਿ ਉਹਨਾਂ ਦੇ ਬੱਚਿਆਂ ਦੀ ਬੱਸ ਦਾ ਡਰਾਈਵਰ ਦੀ ਮੌਤ ਹੋ ਗਈ। ਸਾਨੂੰ ਸਕੂਲ ਤੋਂ ਕਾਲ ਆਈ ਹੈ ਅਤੇ ਉਹਨਾਂ ਨੇ ਕਿਹਾ ਵੀ ਡਰਾਈਵਰ ਨੂੰ ਅਟੈਕ ਹੋ ਗਿਆ, ਤੁਸੀਂ ਦੁਪਹਿਰੇ ਆਪਣੇ ਬੱਚਿਆਂ ਨੂੰ ਲੈ ਜਾਣਾ ਅਤੇ ਇੱਥੇ ਆ ਕੇ ਪਤਾ ਲੱਗਿਆ ਵੀ ਗੱਡੀ ਉਲਟਣ ਲੱਗੀ ਸੀ, ਡਰਾਈਵਰ ਬੇਹੋਸ਼ ਹੋ ਗਿਆ ਸੀਗਾ। ਇਹ ਬੱਚੇ ਦੱਸ ਰਹੇ ਕੈਂਸਰ ਹੋਸਪਿਟਲ ਦੇ ਕੋਲ ਵੀ ਸਕਦੀ ਸੀ, ਪਰ ਦੱਸ ਰਹੇ ਬੱਚੇ ਵੀ ਡਰਾਈਵਰ ਨੇ ਬੜੇ ਇੱਕਦਮ ਗੱਡੀ ਔਫ ਕੀਤੀ ਹੈ ਬੰਦ ਕਰਕੇ ਅਤੇ ਉਸ ਤੋਂ ਬਾਅਦ ਇੱਕਦਮ ਬੇਹੋਸ਼ ਹੋ ਕੇ ਗਿਰ ਗਿਆ ਰਹਿੰਦੇ। ਅੰਕਲ ਜਬ ਵੈਨ ਚਲਾ ਰਹੇ ਥੇ ਤੋ ਅਚਾਨਕ ਉਨਕਾ ਕੰਟਰੋਲ ਖੋਲ ਗਿਆ ਐਂਡ ਦੈਨ ਉਹਨਾਂ ਨੇ ਏਜੰਸੀ ਕਾਰ ਤੋਂ ਉਸੇ ਅਨਲੋਕ ਕਰ ਦਿਆ ਐਂਡ ਫਿਰ ਅੰਕਲ ਸਾਈਡ ਪੇ ਗਿਰ ਗਏ ਤੋ ਫਿਰ ਹਮ ਆਲਮੋਸਟ ਵੈਨ ਗਿਰਨੇ ਵਾਲੀ ਸੀ ਬਟ ਹਮ ਬਚ ਗਏ। ਮੋਹਨ ਦਾ ਕੈਂਸਰ ਹੋਸਪਿਟਲ ਹੈ ਵਹਾਂ ਨਹੀਂ ਅਭੀ ਹਮੇ ਤੋ ਕੁਛ ਨਹੀਂ ਪਤਾ, ਹਮ ਡਾਇਰੈਕਟ ਸਕੂਲ ਪਹੁੰਚ ਗਏ ਥੇ ਸੁਬਹਾ, ਐਗਜੈਕਟ ਟਾਈਮਿੰਗ ਤੋ ਨਹੀਂ ਪਤਾ, ਆਈ ਥਿੰਕ ਸੋ 7:30 ਕੇ ਆਸ ਪਾਸ ਸੁਬਹਾ। ਉਧਰ ਦੂਸਰੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਜਦੋਂ ਉਹਨਾਂ ਨੂੰ ਸੂਚਨਾ ਮਿਲੀ ਤਾਂ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਤੇ ਉਕਤ ਡਰਾਈਵਰ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਕਿ ਉਸ ਦੀ ਮੌਤ ਹੋ ਗਈ। ਸਵੇਰੇ ਬੱਚਿਆਂ ਨੂੰ ਲੈ ਕੇ ਰਾਇਨ ਸਕੂਲ ਜਾ ਰਿਹਾ ਸੀਗਾ, ਜਸਪਾਲ ਸਿੰਘ ਨਾਮ ਸੀ ਇਹਦਾ, 40-42 ਸਾਲ ਇਹਦੀ ਏਜ ਹੈ, ਪਰ ਸ਼ੇਰਪੁਰ ਚੌਂਕ ਤੋਂ ਜਦੋਂ ਇਹ ਸਮਰਾੜਾ ਚੌਂਕ ਵੱਲ ਨੂੰ ਆ ਰਿਹਾ ਸੀ ਤਾਂ ਆਲਮੋਸਟ ਕੈਂਸਰ ਹੋਸਪਿਟਲ ਦੇ ਸਾਹਮਣੇ ਇਹਨੂੰ ਹਾਰਟ ਅਟੈਕ ਹੋਇਆ ਤਾਂ ਇਹਨੇ ਬੱਸ ਇੱਕਦਮ ਸਾਈਡ 'ਤੇ ਲਾ ਕੇ ਬੰਦ ਕਰ ਲਈ ਅਤੇ ਬਾਹਰ ਉੱਤਰਨ ਲੱਗਾ ਅਤੇ ਗਿਰ ਗਿਆ, ਜਿਹਨੂੰ ਬਾਅਦ 'ਚ ਐਂਬੂਲੈਂਸ ਦਾ ਇੰਤਜ਼ਾਮ ਕਰਕੇ ਭੇਜਿਆ ਗਿਆ ਸਿਵਲ ਹਸਪਤਾਲ ਜਿੱਥੇ ਡੈਥ ਹੋਈ। ਸਰ ਕਿੰਨੇ ਕੁ ਬੱਚੇ ਬੈਠੇ ਸੀ ਬੱਸ ਦੇ ਵਿੱਚ, ਔਰ ਬੱਸ ਪ੍ਰਾਈਵੇਟ ਸੀ ਜਾਂ ਸਕੂਲ? 25 ਬੱਚੇ ਸੀਗੇ, ਪ੍ਰਾਈਵੇਟ ਬੱਸ ਸੀਗੇ ਸਕੂਲ ਵੱਲੋਂ। ਬੱਚੇ ਠੀਕ ਠਾਕ ਨੇ? ਹਾਂਜੀ ਬੱਚੇ ਬਿਲਕੁਲ ਠੀਕ ਹੈ। ਕੋਈ ਹਾਦਸਾ ਤਾਂ ਨਹੀਂ? ਨਹੀਂ ਕੋਈ ਹਾਦਸਾ ਨਹੀਂ। ਹਾਰਟ ਅਟੈਕ ਕਰਕੇ ਉਹਨੂੰ ਇੱਕਦਮ ਬੱਸ ਬੰਦ ਕਰਕੇ ਉਹਨੇ ਸਾਈਡ 'ਤੇ ਲਾ ਵੀ ਲਈ ਸੀ। ਆਪਣੀ ਜ਼ਿੰਦਗੀ ਦੀ ਜੰਗ ਤਾਂ ਇਹ ਡਰਾਈਵਰ ਜ਼ਰੂਰ ਹਾਰ ਗਿਆ, ਪਰ ਉਸਨੇ ਕਈ ਘਰਾਂ ਦੇ ਚਿਰਾਗਾਂ ਨੂੰ ਜ਼ਰੂਰ ਬਚਾ ਲਿਆ ਹੈ। ਇਸ ਡਰਾਈਵਰ ਦੀ ਸੂਝਬੂਝ ਦੀ ਚਰਚਾ ਜਿੱਥੇ ਸਕੂਲੀ ਵਿਦਿਆਰਥੀਆਂ ਦੇ ਮਾਤਾ ਪਿਤਾ ਕਰ ਰਹੇ ਨੇ, ਉੱਥੇ ਹੀ ਉਹ ਡਰਾਈਵਰ ਦੀ ਮੌਤ 'ਤੇ ਅਫਸੋਸ ਵੀ ਜਤਾ ਰਹੇ ਨੇ। ਨਵੀਆਂ ਅਤੇ ਤਾਜ਼ਾ ਤਰੀਨ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਸਾਡਾ ਯੂਟਿਊਬ ਚੈਨਲ ਲਾਈਕ ਕਰੋ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਨਾਲ ਹੀ ਦਬਾਓ ਘੰਟੀ ਦਾ ਬਟਨ।